अस्सलाम वालेकुम, सत श्री अकाल जी। मैं तुहाडा वीर भुपिंदर सिंह लवली और मेरा पिंड दे अज दे एपीसोड दे विच असीं तुहानूं लै के आए हाँ जी पिंड आकी माछी तहसील पसरू जिला सियालकोट दे विच। और इस पिंड लई सानूं रिक्वेस्ट कीती सी सरदार दुखपंजन सिंह जी सपुत्र सरदार सुखदेव सिंह जी जो हाल मुकीम फिलपींस निवासी ने लेकिन इंडिया दे विच इन्हां दा पिंड है जी पिंड डल्ला तहसील बटाला जिला गुरदासपुर। वीर दुखपंजन सिंह जी दी नानी जी बीबी बालो जी सपुत्री गंडे भगत जी इसे ही पिंड आकी माछी तहसील पसरू जिला सियालकोट दे रहण वाले सन। बीबी बालो जी दी माता जी बीबी धर्म कौर और इन्हां दे वडवडेरियां जो निहाली जी दयाली जी अते जियोन जी इसे ही पिंड दे रहण वाले सन। सो आओ वेखते हाँ वीर दुखपंजन सिंह जी दे वडवडेरियां दा पिंड, कोशिश करते हाँ कोई पुराना बजुर्ग इतों का वसेंदा लभण दी, नाल दे नाल सुनते हाँ बीबी बालो जी कोलों कि 47 तो पहला वो इस पिंड दे विच किस तरह वसते सी। चारों तरफ पिंड है। तहसील केड़ी पैंदी है इन्नू? इह तहसील पसरूर पैंदी। पसरूर पैंदी है। अच्छा, जिहड़े पिंड आपां बैठे आ जी इत्थे 47 तों पहले सिख हिंदू ते मुसलमान सारे परिवार वसदे सीगे? सिर्फ सिख और मुसलमान सन। अच्छा, सिख ते मुसलमान सन, हिंदू कोई नहीं? हिंदू कोई नहीं सी। किद्दां रहिंदे सी 47 तों पहले आपस च, वसेब किद्दां दा सी रहिण सहिण? इक दूजे दी शादी बरात ते जांदे सन। अच्छा, शादी कमी च शामिल होंदे सन, बिलकुल जिस तरह भैन भाई रहिंदे इस तरह रहिंदे। अच्छा, कोई वक्त कोई आपस दे विच इख्तलाफ नहीं सी? नहीं सी। सही, जिद्दां ईद आंदी है, दिवाली आंदी है, रमजान आ रहे ने हुण जी, ਕਿੱਦਾਂ ਆਪਸ ਦੇ ਵਿੱਚ ਇੱਕ ਦੂਜੇ ਦਾ ਖਿਆਲ ਰੱਖਦੇ ਸੀ? ਗਰੀਬ ਵੀ ਅਮੀਰ ਜਿਹੜੇ ਲੋਕ ਯਾਰ ਸੱਜਣ ਸੀਗੇ ਵੱਡੇ, ਬਿਲਕੁਲ ਇੱਕ ਦੂਜੇ ਦਾ ਖਿਆਲ ਰੱਖਦੇ ਸੀ। ਠੀਕ ਹੋ ਗਿਆ। ਅੱਛਾ, ਇੱਥੇ ਰਹਿੰਦੇ ਕੌਣ ਕੌਣ ਸੀ ਤੇ ਪਿੰਡ ਦਾ ਨੰਬਰਦਾਰ ਕਿਹੜਾ ਸੀਗਾ, ਕੋਈ ਚੇਤੇ ਆ? ਪਿੰਡ ਦਾ ਨੰਬਰਦਾਰ ਮੁਸਲਮਾਨ ਤੇ ਸਨ, ਗੁਲਾਮ ਮੁਹੰਮਦ। ਗੁਲਾਮ ਮੁਹੰਮਦ। ਅੱਛਾ, ਅੱਗੋਂ ਉਹਨਾਂ ਦਾ ਪੁੱਤਰ ਇਬਰਾਹਿਮ। ਇਬਰਾਹਿਮ ਇਸ ਵਕਤ ਮੌਜੂਦਾ ਦੇ ਆ ਰਹੇ ਅੱਗੋਂ। ਅੱਛਾ, ਜਦੋਂ ਵੰਡ ਹੋਈ ਹੈ ਉਸ ਵੇਲੇ ਕੌਣ ਪਿੰਡ ਦਾ ਨੰਬਰਦਾਰ ਕੌਣ ਹੁੰਦਾ ਸੀ? ਗੁਲਾਮ ਮੁਹੰਮਦ। ਗੁਲਾਮ ਮੁਹੰਮਦ ਸੀ। ਤੇ ਆਪਣਾ ਸਿੱਖਾਂ ਦੇ ਕੋਈ ਨਾਮ ਘਰ ਕਿਹੜੇ ਕਿਹੜੇ ਵਸਦੇ ਸੀ, ਕੋਈ ਉਹਨਾਂ ਦੇ ਨਾਮ ਚੇਤੇ? ਕੌਣ ਕੌਣ ਸੀਗਾ ਇੱਥੇ? ਇੱਕ ਬੂੜ ਸਿੰਘ ਸੀ। ਬੂੜ ਸਿੰਘ। ਖਜਾਨ ਸਿੰਘ। ਖਜਾਨ ਸਿੰਘ। ਜਵਾਨ ਸਿੰਘ। ਦੀਵਾਨ ਸਿੰਘ। ਰੂੜ ਸਿੰਘ। ਰੂੜ ਸਿੰਘ। ਮੰਗਲ ਸਿੰਘ। ਮੰਗਲ ਸਿੰਘ। ਉਹ ਰੂੜ ਸਿੰਘ ਦੇ ਪੁੱਤਰ ਸਨ, ਕਪੂਰ ਤੇ ਸੋਹਣ ਸਿੰਘ। ਕਪੂਰ ਸਿੰਘ ਤੇ ਸੋਹਣ ਸਿੰਘ, ਉਹ ਨਾਮੀ ਕੇ ਨਾਮੀ ਬੰਦੇ ਹਨ ਜ਼ਿਆਦਾ। ਅੱਛਾ, ਮਤਲਬ ਕੋਈ ਚੋਰੀ ਮੋਰੀ ਵੀ ਛੋਟੀ ਮੋਟੀ ਕਰ ਲੈ। ਅੱਛਾ, ਐਸਾ ਜ਼ਿਆਦਾ ਮਸ਼ਹੂਰ ਸਨ। ਅੱਛਾ, ਉਹ ਬਹੁਤ ਅੱਛੇ ਆਦਮੀ ਸਨ। ਅੱਛਾ, ਅੱਛੇ ਆਦਮੀ ਵੀ ਸਨ ਤੇ ਤੁਸੀਂ ਚੋਰੀ ਵਾਲੇ ਪਾਸੇ ਵੀ ਲਾ ਤੇ? ਯਾਰ ਦੋਸਤ, ਯਾਰੀ ਦੋਸਤੀ ਚੱਲੇ ਸਨ। ਠੀਕ ਹੈ। ਅੱਛਾ, ਤੁਹਾਡੀ ਉਮਰ ਕਿੰਨੀ ਹੈ ਵੈਸੇ? ਤਕਰੀਬਨ ਕੋਈ 90 ਦੇ ਕਰੀਬ। ਜਦੋਂ ਵੰਡ ਹੋਈ ਹੈ ਕਿੰਨੇ ਕੁ ਸਾਲ ਦੇ ਸੀਗੇ ਤੁਸੀਂ? 13-14 ਸਾਲ ਦੇ ਹਾਂ। ਠੀਕ ਹੋ ਗਿਆ। ਕੋਈ ਯਾਰ ਸੱਜਣ ਤੁਹਾਡੇ
ਕਲਾਸ ਵਾਲੇ ਦੇ ਵਿੱਚ ਤੁਹਾਡੇ ਉਸਤਾਦ ਦੇ ਮੁਹਤਰਮ ਦਾ ਕੋਈ ਜਿਹੜਾ ਮੁਸਲਮਾਨ ਜਾਂ ਸਿੱਖ ਕੌਣ ਕੌਣ ਕੋਈ ਉਸਤਾਦ ਮੁਹਤਰਮ ਯਾਰ ਇੱਕ ਪ੍ਰੀਤਮ ਸਿੰਘ ਸੀ ਪ੍ਰੀਤਮ ਸਿੰਘ ਸੋਹਣ ਸਿੰਘ ਸੋਹਣ ਸਿੰਘ ਐਸੇ ਨਾਂ ਦੇ ਨਾਂ ਸਨ ਮੁਸਲਮਾਨਾਂ 'ਚ ਕੋਈ ਯਾਦ ਮੁਸਲਮਾਨਾਂ 'ਚ ਵੀ ਦੋ ਤਿੰਨ ਉਸਤਾਦ ਸਨ ਅੱਛਾ ਮੌਲਵੀ ਸੀ ਇੱਕ ਚਲੋ ਭੁੱਲ ਗਿਆ ਭੁੱਲ ਗਿਆ ਨਾਂ ਜਦੋਂ 47 ਹੋਈ ਹੈ ਵੰਡ ਹੋਈ ਹੈ ਉਜਾੜਾ ਪਿਆ ਵਾ ਉਹ ਤੋਂ ਪਹਿਲੇ ਕਦੀ ਇੱਦਾਂ ਦੀ ਨਹੀਂ ਸੀ ਕਿ ਸਿੱਖਾਂ ਨੇ ਮੁਸਲਮਾਨਾਂ ਨੂੰ ਕੁਛ ਆਖਿਆ ਹੋਵੇ ਜਾਂ ਮੁਸਲਮਾਨਾਂ ਨੇ ਸਿੱਖਾਂ ਨਾਲ ਕੋਈ ਵੈਰ ਹੋਵੇ ਤਾਂ 47 ਵੰਡ ਤੋਂ ਪਹਿਲੇ ਕੋਈ ਐਸਾ ਵੈਰ ਨਹੀਂ ਸੀ ਸਾਡੇ ਪਿੰਡ 'ਚ ਖਾਸ ਕਰ ਕੋਈ ਆਪਸ ਦੇ ਵਿੱਚ ਬਿਲਕੁਲ ਭੈਣ ਭਰਾਵਾਂ ਰਹਿੰਦੇ ਸਾਂ ਇੱਕ ਦੂਸਰੇ ਦੇ ਕੰਮ ਆਉਂਦੇ ਹਾਲਦਾਨ ਹਾਲਾਂ ਦੀ ਜ਼ਰੂਰਤ ਹੈ ਅਤੇ ਉਸ ਦੇ ਚਲਾ ਗਿਆ ਉਸ ਨੂੰ ਸਾਡੇ ਆਪਣੇ ਲੈਣ ਦਾ ਅੱਛਾ ਹੈ ਜੀ ਮੰਗੀ ਛਾਂਗੀ ਇੱਕ ਦੂਸਰੇ ਦੀ ਸਹੀ ਹੱਥ ਛੱਤ ਪਾ ਲੈਣ ਸਾਡਾ ਪਿੰਡ ਬੜਾ ਅੱਛਾ ਆਪ ਹੋ ਕੇ ਪੈਣ ਪਾਣੀ ਤਰ ਪੈਂਦਾ 47 ਦੇ ਵਿੱਚ ਇਸ ਪਿੰਡ ਦੇ ਉੱਪਰ ਹਮਲਾ ਹੋਇਆ ਸੀ ਨਹੀਂ ਅੱਗੇ ਦਾ ਇੱਥੇ ਜਠੌਲ ਹੋਇਆ ਸੀ ਅੱਛਾ ਇੱਥੇ ਫਿਰ ਲੋਕ ਇਹ ਕਿਸ ਤਰ੍ਹਾਂ ਛੱਡ ਕੇ ਗਏ ਆਪਣੇ ਘਰ ਬਾਰ ਹੁਣ ਵੇਖੋ ਨਾ ਹੱਕ ਸੱਚ ਦੀ ਕਮਾਈ ਜਿਹੜੀ ਹੈ ਠੀਕ ਹੈ ਉਹ ਭਾਵੇਂ ਇੱਕ ਸੂਈ ਕਿਉਂ ਨਹੀਂ ਲਈ ਹੋਵੇ ਤੇ ਉਹ ਗੁਆਚੀ ਹੋਵੇ ਤੇ ਬੰਦੇ ਨੂੰ ਮਹਿਸੂਸ ਹੁੰਦਾ ਹੈ ਤੇ ਉਹ ਘਰ ਬਾਰ ਛੱਡਣੇ ਬੜੇ ਔਖੇ ਆ ਤੇ ਉਹ ਲੋਕ ਕਿੱਦਾਂ ਘਰ ਬਾਰ ਛੱਡ ਕੇ ਗਏ ਆ ਉਹ ਘਰ ਬਾਰ ਇਸ ਤਰ੍ਹਾਂ ਛੱਡੇ ਸਨ ਇਹ ਸਾਡੇ ਕੋਲ ਪਲੇਟ ਤੇ ਇਸ ਗਾੜੀ ਟਾਈਮ ਦਾ ਅੱਛਾ ਉਸ ਦੀ ਬੱਚੀ ਵਿਆਹੀ ਸੀ ਛਾਂਗੀ ਹਾਂ ਅੱਛਾ ਉਹ ਵਾਪਸ ਆ ਰਹੀ ਇਸ ਦਾ ਮਤਲਬ ਰੌਲਾ ਵੀ ਪੈ ਗਿਆ ਵੀ ਉੱਧਰ ਜਾਣਾ ਹੈ ਉਸ ਨੂੰ ਮੁਸਲਮਾਨ ਹੀ ਦਿਲਾਉਣੇ ਨੇ ਉਸਦੇ ਕੋਲ ਕੋਈ ਜਮ੍ਹਾਂ ਪੂੰਜੀ ਸੀ ਅੱਛਾ ਉਹ ਲੈ ਕੇ ਘੋੜੀ ਦੇ ਉੱਤੇ ਬਹਿ ਕੇ ਤੇ ਆ ਰਹੀ ਸੀ ਇੱਥੇ ਆਪਣੇ ਵਾਲਿਦ ਦੇ ਕੋਲ ਅੱਛਾ ਉਹ ਜ਼ਿਆਦਾ ਆ ਰਹੇ ਤੇ ਥੋੜ੍ਹੀ ਜਿਹੀ ਮਤਲਬ ਸਪੋਰਟ ਇਹ ਪਿੰਡ ਵੀ ਜ਼ਿਆਦਾਤਰ ਸਿੱਖ ਜ਼ਿਆਦਾ ਸਨ ਅੱਛਾ ਇੱਥੇ ਮੁਸਲਮਾਨ ਸੋਹਣੇ ਸਨ ਅੱਛਾ ਰਸਤੇ ਦੇ ਕੋਈ ਕਰੀਬ ਵੱਜਦੇ ਰਹਿੰਦੇ ਜਾਂ ਲੋਕਾਂ ਉਹਨੂੰ ਲੁੱਟ ਲਿਆ ਅੱਛਾ ਲੁੱਟ ਲਿਆ ਤੋਂ ਆਣ ਕੇ ਤਾਂ ਆਪਣੇ ਬਾਪ ਦੇ ਕੋਲ ਰੋਈ ਪਈ ਅੱਛਾ ਇੱਥੇ ਫਿਰ ਕਾਫੀ ਦੇ ਉਹਨਾਂ ਜਮ੍ਹਾਂ ਕੀਤਾ ਆਪਣੇ ਸਿੱਖ ਹਿੰਦੂ ਜੋ ਵੀ ਹੈ ਸਨ ਜਮ੍ਹਾਂ ਕਰਕੇ ਦੋ ਦਿਨ ਬਾਅਦ ਫਿਰ ਹਮਲਾ ਕੀਤਾ ਰਸਤੇ ਦੇ ਉੱਤੇ ਅੱਛਾ ਰਸਤੇ ਦੇ ਵਿੱਚ 22 ਆਦਮੀ ਉਹਨਾਂ ਮਾਰੇ ਅੱਛਾ ਫਿਰ ਉਸ ਪਿੰਡ ਨੂੰ ਅੱਗ ਲਾ ਦਿੱਤੀ ਅੱਛਾ ਅੱਗ ਲਾ ਦਿੱਤੀ ਅਤੇ ਉਸ ਤੋਂ ਬਾਅਦ ਅੱਗੇ ਉਦੋਂ ਫਤਾ ਪਿੰਡ ਦੇ ਵੱਡਾ ਇਹ ਦਰਨਪੁਰ ਉਸਨੂੰ ਹੀ ਜਲਾਉਂਦੇ ਉਦੋਂ ਫਿਰ ਮੁਸਲਮਾਨਾਂ ਨੂੰ ਪਤਾ ਲੱਗ ਗਿਆ ਉਹ ਵੀ ਇਕੱਠੇ ਹੋ ਗਏ ਕਾਫੀ ਉਸ ਵਕਤ ਥਾਣੇਦਾਰ ਇੱਥੇ ਆ ਗਿਆ ਸੀ ਉਹੀ ਮੁਸਲਮਾਨ ਸੀ ਇੰਡੀਆ ਤੋਂ ਆਇਆ ਸੀ ਆਪਣੇ ਜੀ ਸੀ ਮਰਵਾ ਕੇ ਉੱਥੇ ਹੋ ਗਏ ਚਲੋ ਉਸ ਵਕਤ ਉਸ ਕੋਲ ਰੈਫਲ ਸ਼ੈਫਲ ਸੀ ਉਸ ਉਹਦੇ ਕੁਆਰੀ ਬਲਮ ਨਾਮ ਸੋਚਦਾ ਸੀ ਸੋਚਦਾ ਪਿਆਰ ਨਹੀਂ ਸੀ ਇੱਥੋਂ ਫਿਰ ਮੁਸਲਮਾਨ ਕਾਫੀ ਲੋਕ ਪਏ ਉਹ ਫਿਰ ਅੱਗੇ ਚੱਲ ਕੇ ਭੱਜੇ ਕੁਝ ਉਹਨਾਂ ਦੇ ਬੰਦੇ ਮਰੇ ਅੱਛਾ ਉਹ ਫਿਰ ਇੱਥੇ ਪਲੇਟ ਪਹੁੰਚੇ ਹੈ ਜੀ ਮਗਰ ਹੀ ਉਹ ਫਿਰ ਹਨੇਰਾ ਹੋ ਗਿਆ ਇੱਥੋਂ ਫਿਰ ਇਹਨਾਂ ਚੁੱਕਿਆ ਤੋਂ ਬੇਸਰਾ ਬੋਰੀਆ ਅਤੇ ਕਲਾਸ ਵਾਲੇ ਚਲੇ ਗਏ ਅੱਛਾ ਉੱਥੇ ਕਲਾਸ ਵਾਲੇ ਤਕਰੀਬਨ 1,00,000 ਦੇ ਕਰੀਬ ਹਿੰਦੂ ਜਮ੍ਹਾਂ ਹੋ ਗਿਆ ਅੱਛਾ ਕਲਾਸ ਵਾਲਾ ਇੰਨਾ ਵੱਡਾ ਪਿੰਡ ਹੈ ਇੰਨਾ ਵੱਡਾ ਪਿੰਡ ਸੀ ਕਸਬਾ ਜੀ ਉੱਥੇ ਤਕਰੀਬਨ 1,00,000 ਦੇ ਕਰੀਬ ਜਮ੍ਹਾਂ ਹੋ ਗਿਆ ਆਉਂਦੇ ਗਏ ਜਦੋਂ ਲੋਕ ਤੇ ਫਿਰ ਇੱਥੇ ਜਮ੍ਹਾਂ ਹੁੰਦੇ ਰਹੇ ਅੱਛਾ ਆਸਤਾ ਆਸਤਾ ਫਿਰ ਉਹ ਫਿਰ ਪਿੰਡਾਂ 'ਚ ਆ ਜਾਂਦੇ ਹਨ ਮਤਲਬ ਦੋ ਚਾਰ ਬੰਦੇ ਆਏ ਨੇ ਆਣ ਕੇ ਕੋਈ ਰਾਸ਼ਨ ਰੂਸ਼ਨ ਲਿਆ ਤੇ ਫਿਰ ਸ਼ਾਮ ਨੂੰ ਵਾਪਸ ਚਲੇ ਗਏ ਅੱਛਾ ਇਸ ਤਰ੍ਹਾਂ ਕੋਈ 10-15 ਦਿਨ ਆਉਣ ਜਾਣ ਲੱਗਾ ਰਿਹਾ ਫਿਰ ਉਸ ਤੋਂ ਬਾਅਦ ਗਵਰਨਮੈਂਟ ਨੇ ਕੋਈ ਪੁਲਿਸ ਕੋਈ ਫੌਜ ਭੇਜੀ ਉਹਨਾਂ ਨੂੰ ਫਿਰ ਨਾ ਅੱਗੇ ਲਾ ਕੇ ਬੜਾ ਹਫਾਜ਼ਤ ਦੇ ਨਾਲ ਦਰਿਆ ਪਾਰ ਕਰ ਆਇਆ ਅੱਛਾ ਬਜ਼ੁਰਗੋ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਨਾ ਇਹ ਵੀਡੀਓ ਤੁਸੀਂ ਵੇਖੋ ਔਰ ਅਗਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਪੁਰਾਣੀ ਮਾਲੂਮਾਤ ਜਿਹੜੀਆਂ ਨੇ ਉਹ ਅਗਰ ਆਉਂਦੀਆਂ ਨੇ ਤੇ ਉਹ ਤੁਸੀਂ ਸ਼ੇਅਰ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਨਾਂ ਕੀ ਮਾਤਾ ਜੀ ਤੁਹਾਡਾ ਪਿਤਾ ਦਾ ਨਾਂ ਕੀ ਆ ਗੰਡੇ ਭਗਤ ਤੇ ਮਾਤਾ ਦਾ ਨਾਂ ਧਰਮ ਕੌਰ ਧਰਮ ਕੌਰ
ਤੇ ਤੁਸੀਂ ਮਤਲਬ ਪਾਕਿਸਤਾਨ ਦੇ ਵਿੱਚੋਂ ਆਏ ਜੋ ਹੈ ਨਾ ਪਾਕਿਸਤਾਨ ਤੇ ਉਮਰ ਕਿੰਨੀ ਤੁਹਾਡੀ ਉਮਰ 17-18 ਵਰੇ ਨਹੀਂ ਹੁਣ ਕਿੰਨੀ ਹੋਣਾ ਹੁਣ ਤੇ ਪੁੱਛੇ ਘਰੇ ਮੈਨੂੰ ਕਿੰਨੀ ਹੋ ਗਈ ਜਦੋਂ ਦੇ ਆਏ ਆ ਉਹ ਜਦੋਂ ਪਾਕਿਸਤਾਨ ਨੂੰ ਆਇਆ ਉਦੋਂ 18 ਵਰਿਆਂ ਦੀ ਸੀ ਤੇ ਹੁਣ ਦਾ ਪਤਾ ਨਹੀਂ ਉਹਨਾਂ ਦੀ 90-95 ਸਾਲ ਹੋਊਗੀ ਹਾਂ ਹੋਏਗੀ 90 ਸਾਲ ਅੱਛਾ ਤੇ ਪਾਕਿਸਤਾਨ ਦੇ ਵਿੱਚ ਤੁਹਾਡਾ ਪਿੰਡ ਦਾ ਕੀ ਨਾਂ ਸੀ ਆਕੀ ਮਾਛੀ ਆਕੀ ਮਾਛੀ ਤੇ ਮਤਲਬ ਤੁਹਾਡੇ ਪਿੰਡ ਦੇ ਲਾਗੇ ਲਾਗੇ ਜਿਹੜੇ ਪਿੰਡ ਸੀ ਚਿਚਰਾਲੀ ਪੇਜੋ ਕੇ ਪਸਰਾ ਪਰਾ ਪੇ ਰਤਾਰ ਤੇ ਕਿੰਨੇ ਪਿੰਡ ਸਨ 4-5 ਪਿੰਡ ਸਨ ਅੱਛਾ ਤੇ ਤੁਹਾਡੇ ਪਿੰਡ ਦਾ ਜਿਹੜਾ ਜਿਹੜਾ ਜ਼ਿਲ੍ਹਾ ਲੱਗਦਾ ਸੀ ਤੁਹਾਡੇ ਪਿੰਡ ਨੂੰ ਉਹ ਕਿਹੜਾ ਸੀ ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਪਸਰੂਰ ਤੇ ਤੁਹਾਡੇ ਪਿੰਡ ਦਾ ਨੰਬਰਦਾਰ ਕੋਈ ਕਿਹੜਾ ਸੀ ਜਿਹੜਾ ਉੱਥੋਂ ਦਾ ਪਾਕਿਸਤਾਨ ਦਾ ਪਿੰਡ ਜਿਹੜਾ ਉਹਦਾ ਨੰਬਰਦਾਰ ਨੰਬਰਦਾਰ ਪਹਿਲਾਂ ਤੇ ਖੜਕ ਸਿੰਘ ਸੀ ਸਾਡਾ ਆਪਣਾ ਹੀ ਸਮੀ ਜੱਟ ਸੀ ਅੱਛਾ ਤੇ ਮੁੜ ਕੇ ਮੁਸਲਮਾਨ ਸੀ ਘਰ ਮਹੰਦ ਜੱਟ ਸੀ ਅੱਛਾ ਅੱਛਾ ਤੇ ਪਿੰਡ ਦੇ ਹੋਰ ਕਿਹੜੇ ਕਿਹੜੇ ਮੋਹਦਵਾਰ ਬੰਦੇ ਸੀ ਮੋਹਦਵਾਰ ਬੰਦੇ ਹੋਏ ਇੱਕ ਸ਼ੇਰ ਦੀਨ ਬਾਬਾ ਯਾਰਾ ਬਾਬਾ ਸ਼ੇਰ ਦੀਨ ਮਹੰਦ ਫਿਰ ਮਾਈ ਅੱਛਾ ਤੇ ਕੋਲ ਰਾਈਆਂ ਵਾਲੇ ਪਿੰਡ ਸੰਸੋਂ ਸੀ ਉਹ ਕੋਲ ਸਾਡੇ ਸੀ ਮਹੂਬਰ ਵਾਲਾ ਸੀ ਤੇ ਤਹਿਸੀਲ ਪਿੰਡ ਦੀ ਤਹਿਸੀਲ ਬਸਰੂਰ ਅੱਛਾ ਤੇ ਪਿੰਡ ਨੂੰ ਠਾਣਾ ਕਿਹੜਾ ਲੱਗਦਾ ਸੀ ਸਤਰਾ ਅੱਛਾ ਤੇ ਤੁਹਾਡੇ ਲਾਗੇ ਲਾਗੇ ਜਿਹੜੇ ਘਰ ਸੀ ਉਹ ਮਤਲਬ ਕਿੰਨਾ ਕਿੰਨਾ ਦੇ ਸੀ ਕਿਹੜਾ ਘਰ ਨੂੰ ਰਾਹ ਰੂਹ ਕਿਹੜਾ ਲੱਗਦਾ ਸੀ ਸਿਰਕ ਜਾਂਦੀ ਸੀ ਉਦੋਂ ਪਿਆਈ ਸੀ ਸਰੂਰ ਨੂੰ ਜਾਂਦੀ ਸੀ ਉਧਰੋਂ ਸਤਰਾ ਨੂੰ ਜਾਂਦੀ ਸੀ ਤੇ ਲਾਗੇ ਲਾਗੇ ਘਰ ਕਿਹਦੇ ਕਿਹਦੇ ਘਰ ਲਾਗੇ ਇਹਨਾਂ ਦੇ ਰਾਈਆਂ ਦਾ ਸੀ ਇੱਕ ਜਿਲ੍ਹਾਆਂ ਦਾ ਸੀ ਬਰਵਾਲੇ ਮੰਗੂ ਦਾ ਬਸਨ ਦਾ ਰਾਈਆਂ ਦਾ ਅੱਛਾ ਤੇ ਪਰਾਂ ਜੱਟਾਂ ਦੇ ਸਨ ਅੱਛਾ ਅੱਛਾ ਉਹਨਾਂ ਦੇ ਨਾਂ ਸੀ ਉਹ ਤੇ ਨਹੀਂ ਦੱਸਿਆ ਮਾਈ ਦਾ ਠੀਕ ਹੈ ਠੀਕ ਤੇ ਮਤਲਬ ਪਾਕਿਸਤਾਨ ਜੇ ਤੁਸੀਂ ਹੁਣ ਤੁਹਾਨੂੰ ਜਾਣ ਦਾ ਮੌਕਾ ਮਿਲੇ ਤੇ ਤੁਸੀਂ ਮਤਲਬ ਆਪਣਾ ਪਿੰਡ ਵੇਖਣਾ ਚਾਹੋਗੇ ਚਾਹੋਗੇ ਕਿ ਨਹੀਂ ਨਹੀਂ ਜੇ ਜੀ ਕਰਦਾ ਜੇ ਕੋਈ ਖੜੇ ਤੇ ਤੇ ਜਾਈਏ ਅੱਛਾ ਅੱਛਾ ਕੋਈ ਗੱਲ ਨਹੀਂ ਜੇ ਰੱਬ ਮੌਕਾ ਦਊਗਾ ਤੇ ਜ਼ਰੂਰ ਖੜਾਂਗੇ ਤੁਹਾਨੂੰ ਤੇ ਹੋਰ ਕੋਈ ਤੁਹਾਡੇ ਪਿੰਡ ਦਾ ਕੋਈ ਵਾਕਿਆ ਵੂਕਿਆ ਤੁਹਾਨੂੰ ਕੋਈ ਚੇਤਾ ਹੋਵੇ ਕੋਈ ਮਤਲਬ ਕੋਈ ਆਉਣ ਲੱਗਿਆ ਮਤਲਬ ਜਦੋਂ ਤੁਸੀਂ ਵੰਡ ਹੋਈ ਉਦੋਂ ਤੁਹਾਡੀ ਉਮਰ ਕਿੰਨੀ ਸੀ ਜਦੋਂ ਤੁਸੀਂ ਇੱਧਰ ਆਏ ਹੋ ਉਦੋਂ ਮੈਨੂੰ ਦੱਸੀ 17-18 ਵਰਿਆਂ ਦੀ ਸੀ ਜਦੋਂ ਆਏ ਆ ਉਦੋਂ ਠੀਕ ਹੈ ਠੀਕ ਹੈ ਸਾਨੂੰ ਬਚਾਉਂਦੇ ਰਹੇ ਨੇ ਉਹ ਮਾਈ ਮੂਈ ਵਰੀ ਆਪਣੇ ਬਾਵਿਆਣਾ ਖੂਹ ਸੀ ਉਹਨਾਂ ਦਾ ਅੱਛਾ ਉੱਥੇ ਲੈ ਜਾਂਦੇ ਰਹੇ ਨੇ ਕੁਮਾਰ ਵਿੱਚ ਲਕਾਉਂਦੇ ਰਹੇ ਸਨ ਅੱਛਾ ਅੱਛਾ ਇੱਕ ਮੰਦ ਸੀ ਉਹਨਾਂ ਕਦੇ ਖੂਹ ਤੇ ਲੈ ਜਾਣਾ ਉਰਲੇ ਪਾਸੇ ਚਿਚਰਾਈ ਵੱਲ ਠੀਕ ਉਹਨਾਂ ਲਕਾਉਂਦਿਆਂ ਲਕੂੰਦਿਆਂ ਰਹਿਣਾ ਚਲੋ ਮਾਈ ਹੋਰਾਂ ਦਾ ਘਰ ਸਾਡੇ ਪਛਾੜੀ ਸੀ ਉਹਨਾਂ ਆਖਣਾ ਸਾਡੇ ਕੋਠੇ ਤੇ ਚੜ੍ਹ ਜਾਓ ਤੇ ਜਿਹੜਾ ਜਾ ਲਾਖ ਚੜੋ ਕੋਈ ਗੱਲ ਨੀ ਮੰਨਾਂ ਵੀ ਲੈਗਾ ਨਾ ਫਿਰ ਤੁਸੀਂ ਆਪਣੇ ਘਰ ਕਿਤੇ ਇੱਕ ਦਿਨ ਪੁੱਤਰ ਤੰਦੂਰ ਚ ਰੋਟੀਆਂ ਲੱਗੀਆਂ ਰਹਿ ਗਈਆਂ ਤੇ ਭੱਜ ਗਿਆ ਸੀ ਉਹਨਾਂ ਦੇ ਘਰ ਠੀਕ ਹੈ ਠੀਕ ਹੈ ਚੰਗਾ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹਨਾਂ ਦੇ ਕੋਲ ਵਾਕਈ ਮੰਗੂ ਦਾ ਘਰ ਸੀ ਬਸਨ ਮਹਿਰ ਤੇ ਕਾਲੀ ਮਹਿਰ ਉਹਨਾਂ ਦੇ ਘਰ ਸਨ ਨਜ਼ਦੀਕ ਮੇਰਾ ਖਿਆਲ ਇਹ ਘਮਿਆੜਾਂ ਚੋਂ ਸੀ ਘਮਿਆੜੀ ਉਹ ਵਿਚਕਾਰ ਸਨ ਘਮਿਆੜਾਂ ਦਾ ਘਰ ਤੇ ਇੱਕ ਸਾਈਡ ਤੇ ਸੀ ਇਹਨਾਂ ਦਾ ਮੰਗੂ ਦਾ ਬਰਾਇਆਂ ਦਾ ਤੇ ਜੋਗੀ ਸਾਈਡ ਤੇ ਮਹਿਰਾਂ ਦਾ ਜਿੱਥੇ ਵੀ ਦੇਰੀ ਵੱਸਦੇ ਤੁਹਾਡਾ ਬਚਪਨ ਵੀ ਉਸ ਵੇਲੇ ਨੰਗਿਆ ਹੋਣਾ ਜੇ ਉਹਨਾਂ ਸਰਦਾਰਾਂ ਚੋਂ ਕੋਈ ਹੋਰ ਨਿਕਲਦਾ ਉਹਨੂੰ ਕੋਈ ਸੁਨੇਹਾ ਜਾਂ ਆਣਾ ਚਾਣ ਤੇ ਉਹਨਾਂ ਨੂੰ ਕੀ ਪੈਗਾਮ ਦੋਗੇ ਵੈਲਕਮ ਕਰਾਂਗੇ ਜਿੰਨੀ ਖਿਦਮਤ ਹੋ ਸਕੇ ਉਹਨਾਂ ਦੀ ਕਰਾਂਗੇ ਉਹ ਸਾਡੇ ਮਹਿਮਾਨ ਹੈ ਸਾਡੇ ਮਹਿਮਾਨ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਅਸੀਂ ਤਕਲੀਫ਼ ਵੀ ਦਿੱਤੀ ਬਾਹਰ ਬਾਰਿਸ਼ ਵੀ ਹੋ ਰਹੀ ਸੀ ਔਰ ਵੇਖ ਰਹੇ ਹੋਇਆ ਪਿਆਰ ਸਾਰਾ ਜਿਹੜਾ ਆਮ ਮੀਡੀਆ ਨਹੀਂ ਵਿਖਾਉਂਦਾ ਕਿ ਸਾਡੇ ਆਲ ਦੁਆਲ ਤਕਰੀਬਨ 200-300 ਲੋਕ ਖਲੋਤੇ ਹੋਏ ਆ ਠੀਕ ਆ ਇਹ ਮੁਹੱਬਤਾਂ ਹੈ ਪਿਆਰ ਮੁਹੱਬਤ ਸਾਡੇ ਵੱਡਿਆਂ ਨੇ ਜਿਹੜੀ ਹੈ ਗੁਜ਼ਾਰੀ ਹੋਈ ਹੈ ਅਤੇ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਕਿ ਜਿਹੜੇ ਅਮੀਰ ਨੇ ਸਾਨੂੰ ਫਿਲੀਪੀਨਸ ਤੋਂ ਮੁੰਡਾ ਬਾਹਰ ਹੁੰਦਾ ਅਤੇ ਉਹਨੇ ਸਾਨੂੰ ਅੱਜ ਤੋਂ ਕੁਝ ਸਾਲ ਪਹਿਲੇ ਰਿਕੁਐਸਟ ਕੀਤੀ ਸੀ ਲੇਕਿਨ ਬਾਅਦ ਬਾਅਦ ਸਾਡਾ ਟਾਈਮ ਨਹੀਂ ਲੱਗਦਾ ਕਿਸੇ ਪਿੰਡ ਜਾਣ ਨੂੰ ਅਤੇ ਆਪਾਂ ਕੋਸ਼ਿਸ਼ ਪੂਰੀ ਕਰਦੇ ਹਾਂ ਕਿ ਉਹਨਾਂ ਪਿੰਡਾਂ 'ਚ ਜ਼ਰੂਰ ਜਾਈਏ ਜਿਹੜੇ ਲੋਕ ਸਾਨੂੰ ਰਿਕੁਐਸਟ ਕਰਦੇ ਨੇ ਔਰ ਤਾਂ ਕਿ ਲਹਿੰਦੇ ਛੱਡਦੇ ਪੰਜਾਬ ਨੂੰ ਅਸੀਂ ਜੋੜ ਸਕੀਏ ਸਾਡੀ ਕੋਸ਼ਿਸ਼ ਇਹੀ ਹੈ ਅਸੀਂ ਸਪੈਸ਼ਲੀ ਥੈਂਕ ਯੂ ਕਰਾਂਗੇ ਡਾਕਟਰ ਅਫਜ਼ਾਲ ਬਾਜਵਾ ਦਾ
क्योंकि वह बड़े ही खूबसूरत इंसान ने। अगर मेरे को पूछेंगे कि दुनिया के उपर कोई फरिश्ता है तो मैं डॉक्टर अफजाल बाजवा का नाम लवागा, क्योंकि जिस मुहब्बत न जिस खलूस न दुनिया की सेवा कर रहे हैं। अज मैं उन्होंने बदौलत इतने इस पिंड आया वहाँ का शुक्रिया करदा। उन्होंने वीर है फराज फयाज बाजवा साहब एडवोकेट ने और हाई कोर्ट के एडवोकेट ने, लेकिन इस टाइम मेरे नाल पिंड दे विच चल के आए ने। मैं उन्हां दा शुक्रिया करदा वा। ਸਾਡੇ ਸੈਕਟਰੀ ਨੇ ਜੀ ਤੁਸੀਂ ਪਸੰਦ ਅੱਛਾ ਸਾਡੀ ਬਾਹਰ ਦੇ ਨਾ ਬਹੁਤ ਬਹੁਤ ਨਜ਼ਰੀਨ ਨੇ। ਔਰ ਸਰ ਤੁਹਾਡਾ ਵੀ ਮੈਂ ਖਾਸ ਕਰਕੇ ਸ਼ੁਕਰੀਆ ਅਦਾ ਕਰਦਾ ਵਾਂ, ਕਿਉਂਕਿ ਇਹ ਮੁਹੱਬਤਾਂ ਹੈ ਸਾਂਝਾ, ਤੁਸੀਂ ਸਾਰਾ ਕੁਝ ਛੱਡ ਕੇ ਮੇਰੇ ਨਾਲ ਆਏ। ਸ਼ਾਹ ਸਾਹਿਬ ਦੀਆਂ ਮੁਹੱਬਤਾਂ ਨੇ ਸਾਰੀਆਂ ਜੀ ਜੀ ਮਿਹਰਬਾਨੀ ਜੀ ਵੱਡੇ ਭਾਈ ਨੇ ਸਾਡੇ ਵਾਸਤੇ। ਸੋ ਮੈਂ ਸਾਰੇ ਪਿੰਡ ਵਾਲਿਆਂ ਦਾ ਥੈਂਕ ਯੂ ਕਰਦਾ। ਮੇਰੇ ਇਰਦ ਗਿਰਦ ਬਹੁਤ ਸਾਰੇ ਲੋਕ ਖਲੋਤੇ ਨੇ, ਇਹਨਾਂ ਨੂੰ ਕੋਈ ਮੇਰੇ ਤੋਂ ਮਤਲਬ ਨਹੀਂ ਹੈ, ਮੈਨੂੰ ਇਹਨਾਂ ਤੋਂ ਕੋਈ ਮਤਲਬ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਆਪਾਂ ਸਾਰੇ ਖਲੋਤੇ ਹੋਏ ਹਾਂ, ਕਿਉਂਕਿ ਸਾਡੇ ਵੱਡਿਆਂ ਦੀਆਂ ਸਾਂਝਾਂ ਕੁਝ ਇਸ ਤਰ੍ਹਾਂ ਸਨ। ਬਹਰਹਾਲ ਇਹ ਹੈ ਕਿ ਸਾਡੇ ਬਜ਼ੁਰਗ ਜਿਹੜੇ ਨੇ, ਜੇ ਉੱਥੇ ਜਾਓ ਤੇ ਸਾਡਾ ਸਲਾਮ ਪੂਰੇ ਪਿੰਡ ਵੱਲੋਂ ਉਹਨਾਂ ਨੂੰ ਸਾਡਾ ਸਲਾਮ ਦੇਣਾ, ਬੜੇ ਮੁਹੱਬਤ ਨਾਲ ਬੜੇ ਪਿਆਰ ਨਾਲ ਜਿਹੜੇ ਵੀ ਲੋਕ, ਔਰ ਉਹਨਾਂ ਕਹਿੰਦਾ ਤੁਹਾਨੂੰ ਬੜੇ ਯਾਦ ਕਰ ਰਹੇ ਨੇ, ਕਿਤੇ ਤੁਹਾਨੂੰ ਅੱਲਾ ਜ਼ਿੰਦਗੀ ਦੇਵੇ ਲੰਮੀ, ਕਿਤੇ ਤੁਹਾਨੂੰ ਮੌਕਾ ਮਿਲੇ ਤੇ ਸਾਡੇ ਕੋਲ ਆਓ ਸਾਡੀ ਹਾਕੀ ਮਾਝੀ ਦਾ। ਤੇ ਹਾਕੀ ਮਾਝੀ ਤੋਂ ਜਿਹਨੇ ਵੀ ਲੋਕ ਉੱਠ ਕੇ ਗਏ ਨੇ ਉਹਨਾਂ ਨੂੰ ਇਸ ਪਿੰਡ ਵਾਲਿਓਂ ਸੁਨੇਹਾ ਤੁਹਾਨੂੰ ਮਿਲ ਚੁੱਕਿਆ ਹੈ। ਆਪਾਂ ਆਸ ਕਰਾਂਗੇ ਕਿ ਚੜ੍ਹਦੇ ਹੋ ਪਾਸਿਓਂ ਦੁਨੀਆਂ ਦੇ ਵਿੱਚ ਜਿਹੜੇ ਕੋਨੇ ਦੇ ਵਿੱਚ ਸਾਡੇ ਆਪਣੇ ਵੀਰ ਬੈਠੇ ਨੇ, ਚਾਹੇ ਉਹ ਜਿਸ ਵੀ ਧਰਮ ਨਾਲ ਸੰਬੰਧਿਤ ਨੇ, ਉਹਨਾਂ ਨੂੰ ਵੀਰ ਵੱਲੋਂ ਪਿੰਡ ਦੇ ਮੁਨਸਿਫ ਅਲੀ ਜਠੌਲ ਸਾਹਿਬ ਜਿਹੜੇ ਨੇ ਇਹਨਾਂ ਵੱਲੋਂ ਵੈਲਕਮ ਹੈ ਪਿੰਡ ਦੇ ਇਥੋਂ ਵੱਡੇ ਵਡੇਰੇ ਨੇ। ਇਹਨਾਂ ਦੇ ਦਾਦਾ ਜੀ ਸਾਨੂੰ ਗੁਲਾਮ ਮਾਮਾ ਨੰਬਰਦਾਰ, ਅੱਛਾ ਜਿਹੜਾ ਨਾਮ ਉਹ ਲਿਆ ਹੈ ਉਹ ਇਹਨਾਂ ਦੇ ਦਾਦਾ ਜੀ, ਇਹਨਾਂ ਦੇ ਦਾਦਾ। ਅੱਛਾ 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 ਚਲੋ ਜੀ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਪੇਸ਼ ਕਰਦੇ ਰਹੇ, ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਧੰਨਵਾਦ।